ਅਗਰ ਆਪਾਂ ਕਰਾਂਗੇ ਐਕਸਰਸਾਈਜ਼ 6.3, ਇਹਦੇ 'ਚ ਕੀ ਆ, ਆਪਾਂ ਇੱਕ ਹੋਰ ਐਪਲੀਕੇਸ਼ਨ ਆਫ ਡੈਰੀਵੇਟਿਵ ਬਾਰੇ ਜਾਣਾਂਗੇ, ਜਿਹਦੇ 'ਚ ਆਪਾਂ ਕੀ ਆ ਇਕੁਏਸ਼ਨ ਲੱਭਾਂਗੇ ਟੇਨੀਅੰਟ ਨੋਰਮਲ ਅਤੇ ਨੋਰਮਲ ਦੀ ਕਿਸੇ ਵੀ ਕਰਵ 'ਤੇ ਇੱਕ ਦਿੱਤੇ ਹੋਏ ਪੁਆਇੰਟ 'ਤੇ। ਤਾਂ ਆਪਾਂ ਇੱਕ ਐਗਜ਼ਾਮਪਲ ਰਿਲੈਕਟ ਕਰਦੇ ਹਾਂ, ਜਿਸ 'ਚ ਆਪਾਂ ਕੀ ਆ ਫਾਈਂਡਿੰਗ ਦਾ ਇਕੁਏਸ਼ਨ ਆਫ ਟੇਨੀਅੰਟ ਐਂਡ ਨੋਰਮਲ ਐਟ ਅ ਪੁਆਇੰਟ 1-1 ਔਨ ਦਾ ਕਰਵ ਆਹ ਦਿੱਤੀ ਹੋਈ ਆਪਾਂ ਨੂੰ। ਇਹਦੇ ਵਿੱਚ ਉਹ ਕੀ ਕਹਿੰਦੇ ਆ, ਆਪਾਂ ਟੇਨੀਅੰਟ ਅਤੇ ਨੋਰਮਲ ਦੀ ਇਕੁਏਸ਼ਨ ਲੱਭਣੀ ਕਿਸ ਪੁਆਇੰਟ 'ਤੇ, 1-1 'ਤੇ। ਕਦ 'ਤੇ ਆ ਪੁਆਇੰਟ ਆਪਣੇ ਕੋਲ ਲਾਈ ਕਰਦਾ, ਇਸ ਕਰਵ 'ਤੇ। ਇਸ ਕਰਵ 'ਤੇ ਟੇਨੀਅੰਟ ਬਣਾਇਆ ਅਤੇ ਇੱਕ ਨੋਰਮਲ ਆ, ਇਸ ਪੁਆਇੰਟ 'ਤੇ ਬਣਾਇਆ ਆਪਾਂ, ਉਹਨਾਂ ਦੀ ਇਕੁਏਸ਼ਨ ਲੱਭਣੀ ਆ। ਕਿਵੇਂ ਲੱਭਣੀ? ਆਪਾਂ ਡੈਰੀਵੇਟਿਵ ਦੀ ਮਦਦ ਨਾਲ, ਡੈਰੀਵੇਟਿਵ ਆਪਾਂ ਸਾਰਿਆਂ ਨੇ ਕੀਤਾ ਹੀ, ਉਹਦੀ ਮਦਦ ਨਾਲ ਆਪਾਂ ਇਹ ਇਕੁਏਸ਼ਨ ਲੱਭਣੀ ਆ। ਤਾਂ ਆਪਾਂ ਸਟਾਰਟ ਕਰਦੇ ਹਾਂ। ਆਪਣੇ ਕੋਲ ਕੀ ਆ ਇਕੁਏਸ਼ਨ ਦਿੱਤੀ ਹੋਈ ਆ ਆਪਾਂ ਨੂੰ, ਐਕਸ ਦੀ ਪਾਵਰ 2/3, ਵਾਈ ਦੀ ਪਾਵਰ 2/3, 2। ਇਹਨੂੰ ਆਪਾਂ ਡਿਫਰੈਂਸ਼ੀਏਟ ਕਰ ਲਾਂਗੇ ਵਿਦ ਰਿਸਪੈਕਟ ਟੂ ਐਸ ਐਕਸ। ਐਕਸ ਦੇ ਵਿਦ ਰਿਸਪੈਕਟ ਟੂ ਇਹਨੂੰ ਜੋ ਡਿਫਰੈਂਸ਼ੀਏਟ ਕਰ ਲਿਆ, ਤਾਂ ਆਪਣੇ ਕੋਲ ਕੀ ਆ ਜੋ 2/3 ਐਕਸ ਦੀ ਪਾਵਰ -1/3 ਪਲੱਸ 2/3 ਵਾਈ ਦੀ ਪਾਵਰ -1/3 ਅਤੇ ਡੀ ਵਾਈ ਓਵਰ ਡੀ ਐਕਸ। ਕਿਉਂਕਿ ਆਪਾਂ ਨੂੰ ਐਕਸ ਦੇ ਵਿਦ ਰਿਸਪੈਕਟ ਟੂ ਕਰ ਰਹੇ ਹਾਂ, ਤਾਂ ਵਾਈ ਆਪਣੇ ਕੋਲ ਇੱਥੇ ਇੱਕ ਵੇਰੀਏਬਲ ਆ, ਨਾ ਕਿ ਕੋਂਸਟੈਂਟ। ਤਾਂ ਇਹਦਾ ਕੀ ਆ ਡੀ ਵਾਈ ਓਵਰ ਡੀ ਐਕਸ ਇੱਥੇ ਆਪਾਂ ਲਿਖਤਾ ਇਜ਼ੀਕਲ ਟੂ 0। ਤਾਂ ਇੱਥੋਂ ਡੀ ਵਾਈ ਓਵਰ ਡੀ ਐਕਸ ਦੀ ਵੈਲਿਊ ਲੱਭੀ ਆਪਾਂ, ਉਹ ਆਪਣੇ ਕੋਲ ਕਾਹਦੇ ਕੋਲ ਆ ਜੂੰਗੀ, ਵਾਈ ਬਾਈ ਐਕਸ ਮਾਈਨਸ ਵਾਈ ਬਾਈ ਐਕਸ ਦੀ ਪਾਵਰ 1/3। ਇਹ ਆਪਣੇ ਕੋਲ ਡੀ ਵਾਈ ਓਵਰ ਡੀ ਐਕਸ ਦੀ ਵੈਲਿਊ ਹੋ ਗਈ। ਹੁਣ ਜੇ ਯਾਦ ਹੋਏ ਪਿਛਲੇ ਆਪਾਂ ਕਲਾਸਿਸ 'ਚ ਕੀਤਾ ਸੀਗਾ ਵੀ ਸਲੋਪ ਆਫ ਟੇਨੀਅੰਟ ਕਾਹਦੇ ਕੋਲ ਹੁੰਦੀ ਹੈ, ਐਮ ਇਜ਼ੀਕਲ ਟੂ ਡੀ ਵਾਈ ਓਵਰ ਡੀ ਐਕਸ। 1-1 ਪੁਆਇੰਟ 'ਤੇ ਲੱਭਣੀ ਆ, ਤਾਂ ਆਪਾਂ ਕੀ ਆ 1-1 ਪੁੱਟ ਕਰ ਦਾਂਗੇ ਐਕਸ ਵਾਈ ਦੀ ਜਗ੍ਹਾ 'ਤੇ। ਤਾਂ ਵੈਲਿਊਜ਼ ਪੁੱਟ 1-1 ਪੁੱਟ ਕਰਕੇ ਐਸ ਜਿਹੜਾ ਆਪਾਂ ਡੈਰੀਵੇਟਿਵ ਲੱਭਿਆ ਸੀ ਡੀ ਵਾਈ ਓਵਰ ਡੀ ਐਕਸ, ਇਹਦੇ 'ਚ ਆਪਾਂ ਵੈਲਿਊ ਕੀ ਇੱਥੇ ਵਾਈ ਦੀ ਜਗ੍ਹਾ 1, ਐਕਸ ਦੀ ਜਗ੍ਹਾ 1 ਪੁੱਟ ਕਰਕੇ ਆਪਣੇ ਕੋਲ ਕਿੰਨਾ ਆਨਸਰ ਆ ਜੋ -1। ਤਾਂ ਆਪਣੇ ਕੋਲ ਸਲੋਪ ਆ ਗਈ, ਕਾਹਦੀ ਸਲੋਪ ਆ ਗਈ ਟੇਨੀਅੰਟ ਦੀ, ਜਿਹਦੀ ਵੈਲਿਊ ਕੀ ਆਪਾਂ ਐਮ ਇਜ਼ੀਕਲ ਟੂ -1। ਤਾਂ ਹੁਣ ਇੱਕ ਹੋਰ ਆਪਾਂ ਫਾਰਮੂਲਾ ਕਰਦੇ ਹੁੰਦੇ ਸੀਗੇ, ਇਹ ਆਪਾਂ ਕੀਤਾ ਹੋਊਗਾ ਲਾਈਨਸ ਵਾਲੇ ਚੈਪਟਰ 'ਚ। ਉਹਦੇ 'ਚ ਕੀ ਸੀਗਾ ਆਪਣੇ ਕੋਲ, ਜਦੋਂ ਆਪਾਂ ਨੂੰ ਇਕੁਏਸ਼ਨ ਫਾਈਂਡ ਕਰਨੀ ਹੁੰਦੀ ਸੀਗੀ ਲਾਈਨ ਦੀ, ਜਦੋਂ ਆਪਾਂ ਨੂੰ ਸਲੋਪ 'ਤੇ ਪੁਆਇੰਟ ਦਿੱਤਾ ਹੁੰਦਾ ਸੀਗਾ, ਤਾਂ ਉਦੋਂ ਆਪਾਂ ਫਾਰਮੂਲਾ ਲਾਉਂਦੇ ਹੁੰਦੇ ਸੀ ਵਾਈ ਮਾਈਨਸ ਵਾਈ ਨੋਟ ਇਜ਼ੀਕਲ ਟੂ ਐਮ ਇੰਟੂ ਐਕਸ ਮਾਈਨਸ ਐਕਸ ਨੋਟ। ਇੱਥੇ ਵਾਈ ਨੋਟ ਅਤੇ ਐਕਸ ਨੋਟ ਕੀ ਹੁੰਦਾ ਸੀ ਆਪਣੇ ਕੋਲ, ਪੁਆਇੰਟ ਦਿੱਤਾ ਹੁੰਦਾ ਸੀ, ਅਤੇ ਐਮ ਕੀ ਹੁੰਦੀ ਸੀ ਆਪਣੇ ਕੋਲ ਸਲੋਪ। ਇੱਥੇ ਆਪਾਂ ਐਮ ਕੀ ਮੰਨ ਕੇ ਚੱਲਿਆ ਵੀ ਜਿਹੜੀ ਐਮ ਆਪਣੇ ਕੋਲ ਉਹ ਕੀ ਹੈ ਸਲੋਪ ਆ, ਕਾਹਦੀ ਆਪਣੇ ਕੋਲ ਟੇਨੀਅੰਟ ਦੀ, ਤਾਂ ਉਹ ਵੈਲਿਊ ਪੁੱਟ ਕਰ ਦਾਂਗੇ ਇੱਥੇ। ਉਹਦੀ ਵੈਲਿਊ ਕਿੰਨੀ ਸੀ ਆਪਣੇ ਕੋਲ -1। ਅਤੇ ਆਪਣੇ ਕੋਲ ਪੁਆਇੰਟ ਕਿਸ ਪੁਆਇੰਟ 'ਤੇ ਫਾਈਂਡ ਕਰਨਾ ਆਪਾਂ ਸਲੋਪ, ਉਹ ਸੀਗੀ ਆਪਣੇ ਕੋਲ 1-1 ਪੁਆਇੰਟ ਸੀਗਾ ਆਪਣੇ ਕੋਲ 1-1। ਤਾਂ ਆਪਾਂ ਇੱਥੇ ਵਾਈ ਨੋਟ ਦੀ ਵੈਲਿਊ ਵੀ 1 ਅਤੇ ਐਕਸ ਨੋਟ ਦੀ ਵੈਲਿਊ ਵੀ 1 ਪੁੱਟ ਕਰ ਦਾਂਗੇ। ਵੈਲਿਊ ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਆਹ ਕੁਐਸਚਨ ਬਣ ਜੂਗੀ, ਵਾਈ -1 ਇਜ਼ੀਕਲ ਟੂ -1 ਇੰਟੂ ਐਕਸ -1। ਇਹਨੂੰ ਰੀਅਰੇਂਜ ਕਰ ਲਾਂਗੇ ਆਪਾਂ, ਤਾਂ ਆਪਣੇ ਕੋਲ ਆ ਜੂ ਵਾਈ ਪਲੱਸ ਐਕਸ -2 ਇਜ਼ੀਕਲ ਟੂ 0, ਜਿਹੜੀ ਕਿ ਆਪਣੇ ਕੋਲ ਇਕੁਏਸ਼ਨ ਆ ਗਈ ਟੇਨੀਅੰਟ ਦੀ। ਇਹ ਹੀ ਆਪਾਂ ਨੂੰ ਲੱਭਣੀ ਸੀਗੀ ਰਿਕੁਆਇਰਡ ਇਕੁਏਸ਼ਨ ਫੋਰ ਟੇਨੀਅੰਟ। ਤਾਂ ਆਪਾਂ ਇਕੁਏਸ਼ਨ ਆਫ ਟੇਨੀਅੰਟ ਲੱਭ ਲਈ। ਹੁਣ ਉਹਨਾਂ ਨੇ ਨਾਲ ਕਿਹਾ ਕਿ ਆਪਾਂ ਨੂੰ ਇਕੁਏਸ਼ਨ ਆਫ ਨੋਰਮਲ ਵੀ ਲੱਭਣੀ ਹੈ, ਤਾਂ ਇਕੁਏਸ਼ਨ ਆਫ ਨੋਰਮਲ ਲਈ ਸੇਮ ਫਾਰਮੂਲਾ ਲਾਵਾਂਗੇ ਆਪਾਂ, ਸਲੋਪ ਪੁਆਇੰਟ ਵਾਲਾ ਇਕੁਏਸ਼ਨ ਲਾਈਨ ਦਾ ਫਾਰਮੂਲਾ ਲਾਵਾਂਗੇ ਇਹਦੇ 'ਚ। ਪਰ ਜਿਹੜੀ ਸਲੋਪ ਲਵਾਂਗੇ ਉਹ ਸਲੋਪ ਕਾਹਦੀ ਲਵਾਂਗੇ ਆਪਾਂ, ਨੋਰਮਲ ਦੀ ਸਲੋਪ ਲਵਾਂਗੇ, ਨਾ ਕਿ ਟੇਨੀਅੰਟ ਦੀ। ਅਤੇ ਨੋਰਮਲ ਦੀ ਸਲੋਪ ਆਪਾਂ ਲੈਟ ਕਰ ਕੀ ਕਰ ਲਈ ਐਨ। ਅਤੇ ਹੁਣ ਆਪਾਂ ਨੂੰ ਇੱਕ ਹੋਰ ਚੀਜ਼ ਪਤਾ ਕੀਤੀ ਆਪਾਂ, ਉਹਦੇ 'ਚ ਕੀ ਕੀਤੀ ਆਪਾਂ, ਉਹ ਆਪਾਂ ਇਹ ਕੀਤੀ ਆ ਵੀ ਜਦੋਂ ਨੋਰਮਲ ਦੇ ਕੋਈ ਵੀ ਦੋ ਲਾਈਨਸ ਆਪਣੇ ਕੋਲ ਰਾਈਟ ਐਂਗਲ 'ਤੇ ਹੋਣ, ਕੋਈ ਵੀ ਦੋ ਲਾਈਨਸ ਜਦੋਂ ਰਾਈਟ ਐਂਗਲ 'ਤੇ ਆਪਦੇ ਆਪ ਨੂੰ ਮੀਟ ਕਰਦੀਆਂ ਹੋਣ, ਤਾਂ ਉਹਨਾਂ ਦੀ ਸਲੋਪ ਕੀ ਹੁੰਦੀ ਹੈ, ਐਮ ਇਜ਼ੀਕਲ ਟੂ -1/n। ਇਸ ਤਰ੍ਹਾਂ ਦਾ ਰਿਲੇਸ਼ਨ ਹੁੰਦਾ ਉਹਨਾਂ 'ਚ। ਹੁਣ ਕੀ ਆਪਣੇ ਕੋਲ ਨੋਰਮਲ ਅਤੇ ਟੇਨੀਅੰਟ ਹੈ ਕੀ ਹੁੰਦੇ ਆਪਣੇ ਕੋਲ ਰਾਈਟ ਐਂਗਲ ਹੁੰਦੇ ਆ ਈਚ ਅਦਰ ਨੂੰ, ਤਾਂ ਉਹਨਾਂ ਦੇ ਸਲੋਪ ਦੇ ਵਿੱਚ ਵੀ ਸੇਮ ਰਿਲੇਸ਼ਨ ਹੋਊਗਾ, ਐਮ ਇਜ਼ੀਕਲ ਟੂ -1/n। ਇੱਥੇ ਐਮ ਕੀ ਹੈ ਸਲੋਪ ਆ ਆਪਣੇ ਕੋਲ ਟੇਨੀਅੰਟ ਦੀ, ਅਤੇ ਐਨ ਕੀ ਹੈ ਸਲੋਪ ਆਪਣੇ ਕੋਲ ਨੋਰਮਲ। ਤਾਂ ਇੱਥੋਂ ਐਨ ਦੀ ਵੈਲਿਊ ਲੱਭਾਂਗੇ ਆਪਾਂ, ਇਹ ਐਨ ਦੀ ਵੈਲਿਊ ਆਪਾਂ ਇਸ
जी इक्वेशन सी ए वो पुट कर देंगे, पुट करके अपने को आ बन जाऊंगी, उन्होंने रीअरेंज कर लेंगे तो अपने को आ बनेगी इक्वेशन एम इज इक्वल एम इंटू वाई माइनस वाई नॉट प्लस एक्स माइनस एक्स नॉट इज इक्वल टू जीरो। हम इतने आप सेम एम की वैल्यू पुट कर देंगे, वाई नॉट की वैल्यू पुट कर देंगे, एक्स नॉट की वैल्यू पुट कर देंगे, वैल्यूज पुट करके रीअरेंज करके अपने को इक्वेशन आ जाओ वाई माइनस एक्स इज इक्वल टू जीरो, जिहड़ी कि अपने को रिक्वायर्ड इक्वेशन सी नॉर्मल ऑफ कर्व दी। थैंक्स। जे किसी ने कोई भी तरह का डाउट हो मैं पूछ सकता कमेंट करके ज इंस्टाग्राम अकाउंट से ज फेसबुक से मैसेज लीव कर दो, मैं थोड़ा जो डाउट होंगे क्लीयर करूँगा। थैंक यू।